ਕਰਪਸ਼ਨ 'ਚ ਲੱਤ ਪੱਤ ਰੋਗ ਕਿਵੇਂ ਉਹਨੂੰ ਸਾਫ ਕਰਕੇ, ਜੇ ਵਾਸ਼ਿੰਗ ਮਸ਼ੀਨ ਵਧੀਆ ਚਾਹੀਦੀ ਹੈ ਤਾਂ ਭਾਈ ਹੁਣ ਸਾਰੀਆਂ ਵਾਸ਼ਿੰਗ ਮਸ਼ੀਨਾਂ ਫੇਲ ਹੋ ਗਈਆਂ, ਇਕੱਲਾ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਬਣਾਈ ਹੋਈ ਆਪ ਡਿਟਰਜੈਂਟ ਪਾਊਡਰ ਅਤੇ ਆਪ ਵਾਸ਼ਿੰਗ ਮਸ਼ੀਨ ਵਰਤੋ ਅਤੇ ਐਨ ਸਾਫ ਧੋਤੇ ਬਾਹਰ ਨਿਕਲੋ। ਔਰ ਮੈਂ ਇਹ ਗੱਲ ਕਿਉਂ ਕਹਿ ਰਿਹਾ, ਕਿਉਂਕਿ ਦੇਖੋ ਇਹ ਚੱਬੇਵਾਲ ਸਾਹਿਬ 'ਤੇ ਤੁਸੀਂ ਹੈਰਾਨ ਹੋਵੋਗੇ, ਮੈਂ ਤਾਂ ਪੜ੍ਹ ਪੜ੍ਹ ਕੇ ਚਿੱਠੀ ਨੂੰ ਹੈਰਾਨ ਹੋਇਆ, ਜਿਹੜੇ ਬੰਦੇ ਨੂੰ ਸੈਕਸ਼ਨ 7-7A ਸੈਕਸ਼ਨ 13 ਕ੍ਰਿਮੀਨਲ ਮਿਸਕੌਂਡਕਟ ਬਾਏ ਪਬਲਿਕ ਸਰਵੈਂਟ ਪ੍ਰਵੈਂਸ਼ਨ ਆਫ ਕਰਪਸ਼ਨ ਐਕਟ ਥੱਲੇ 409 ਥੱਲੇ 10 ਸਾਲ ਦੀ ਸਜ਼ਾ, ਸੈਕਸ਼ਨ 409 ਕ੍ਰਿਮੀਨਲ ਬ੍ਰੀਚ ਆਫ ਟਰੱਸਟ ਬਾਏ ਪਬਲਿਕ ਸਰਵੈਂਟ ਜਿਹ 'ਚ 10 ਸਾਲ ਦੀ ਸਜ਼ਾ, ਸੈਕਸ਼ਨ 420 ਆਫ IPC ਚੀਟਿੰਗ ਅਤੇ ਡਿਸਓਨੈਸਟੀ ਇਨਕਲੂਡਿੰਗ ਡਿਲੀਵਰੀ ਆਫ ਪ੍ਰੋਪਰਟੀ ਅਤੇ ਹੋਰ ਬੜਾ ਕੁਝ ਜੋ ਚੀਟਿੰਗ ਫੋਰਜਰੀ ਹੁੰਦੀ ਹੈ, 465 ਆਫ IPC ਫੋਰਜਰੀ ਕਰਨੀ, 467 ਆਫ IPC ਜਿਹੜਾ ਫਿਰ ਡਾਕੂਮੈਂਟਸ ਫੋਰਜ ਕਰਨੇ, ਔਰ 471 ਜੇ ਤੁਸੀਂ ਇਹਨਾਂ ਸਾਰੀਆਂ ਸੈਕਸ਼ਨਾਂ ਦੀਆਂ ਸਜ਼ਾਵਾਂ ਪੜ੍ਹੋ ਤਾਂ ਘੱਟੋ ਘੱਟ 10 ਸਾਲ 5 ਸਾਲ 7 ਸਾਲ ਵਿੱਚ ਸਜ਼ਾ ਬਣਦੀ ਸੀ। ਇਹ ਰਿਪੋਰਟ ਕਿਹਨੇ ਬਣਾਈ? ਰਿਪੋਰਟ 'ਚ ਇਨਕੁਆਇਰੀ ਰਿਪੋਰਟਾਂ 'ਚ BDO ਮਾਲਪੁਰ, BDO ਹੁਸ਼ਿਆਰਪੁਰ 2 ਜਿਹੜੇ ਇਨਕੁਆਇਰੀ ਕਰਕੇ ਇਹ ਸਾਬਤ ਕਰ ਰਹੇ ਹੈ ਕਿ ਆਹ ਚੱਬੇਵਾਲ ਸਾਹਿਬ ਆਹ ਇਹਨਾਂ ਦੇ ਫੌਰਜ ਸਿਗਨੇਚਰ ਆ, ਵਿਖਾ ਦੀ ਮੇਰਾ ਵੀ ਜਿਸ MLA ਨੇ ਵੀਕਸਟ ਆਫ ਦਾ ਵੀਕਸਟ, ਪੋਅਰੈਸਟ ਆਫ ਦਾ ਪੋਅਰ, ਜਿਹੜਾ ਸਭ ਤੋਂ ਗਰੀਬ ਸੀ, ਜਿਨ੍ਹਾਂ ਨੂੰ 4600 ਘਰਾਂ ਨੂੰ ਕੱਚੇ ਮਕਾਉਣ ਦੀ ਛੱਤਾਂ ਨੂੰ ਪੱਕੇ ਕਰਨ ਵਾਸਤੇ 10,000 ਤੋਂ ਵੱਧ 35,000 ਰੁਪਈਆ, ਓਨਲੀ 4601 ਬੈਨੀਫਿਸ਼ਰੀ 2021 'ਚ ਜਿਨ੍ਹਾਂ ਨੂੰ ਪੈਸੇ ਜਾਣੇ ਸੀ ਉਹਨਾਂ ਨਾਲ ਠੱਗੀ ਠੋਰੀ ਮਾਰੀ, ਉਹਨਾਂ ਨਾਲ ਫਰੋਡ ਕੀਤਾ, ਚੀਟਿੰਗ ਕੀਤੀ। ਔਰ ਇਹਦੀ ਚਿੱਠੀ ਕਿਹਨੇ ਲਿਖੀ? ਹਰਮੰਦਰ ਸੰਧੂ, ਜਿਹੜਾ ਇਹਨਾਂ ਦੇ ਖਿਲਾਫ ਚੱਬੇਵਾਲ ਸਾਹਿਬ ਦੇ ਖਿਲਾਫ ਇਲੈਕਸ਼ਨ ਲੜਦੇ ਹੈ, ਉਹਨੇ ਚਿੱਠੀ ਲਿਖੀ ਆਮ ਆਦਮੀ ਪਾਰਟੀ ਵਾਲੇ ਨੇ। ਕਿਹਨੂੰ? ਮੁੱਖ ਮੰਤਰੀ ਸਾਹਿਬ ਨੂੰ। ਕਹਿਣ ਦਾ ਭਾਵ ਕਿ ਇਨਕੁਆਇਰੀ ਕਰਾਈ ਕਿਹਨੇ? ਚੀਫ ਮਿਨਿਸਟਰ ਸਾਹਿਬ ਨੇ ਆਪ, ਅਤੇ ਉਹ ਸਰੋਪਾ ਵਹੀਂ ਕਿਹੜਾ ਪਾਇਆ ਦਿਖਾਈ? ਆ ਸਰੋਪਾ ਪਾਉਂਦਿਆਂ ਦੀ ਫੋਟੋ ਵੇਖੋ, ਕਿੱਡੀ ਸੋਹਣੀ ਲੱਗ ਰਹੀ ਹੈ। ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੇ ਨੂੰ ਕਲੀਨ ਚਿੱਟ ਦੇ ਕੇ ਨਿਰਮਾ ਵਾਸ਼ਿੰਗ ਪਾਊਡਰ ਨਹੀਂ, ਆਪ ਵਾਸ਼ਿੰਗ ਪਾਊਡਰ ਨਾਲ ਧੋ ਕੇ ਆਪ ਦੀ ਵਾਸ਼ਿੰਗ ਮਸ਼ੀਨ 'ਚੋਂ ਕੱਢ ਕੇ ਅੱਜ ਉਹਨੂੰ ਕਲੀਨ ਚਿੱਟ ਦੇ ਦਿੱਤੀ। ਕਮਾਲ ਦੀ ਗੱਲ ਇਹ ਹੈ, ਜਿਹਨੂੰ ਅੰਦਰ ਜਾਣਾ ਚਾਹੀਦਾ ਸੀ ਔਰ ਜਿਹਦੇ ਖਿਲਾਫ਼ ਇਨਕੁਆਇਰੀ ਇਹ ਆਪ ਕਰਾ ਰਹੇ ਸੀ, ਆਪ ਇਹਨਾਂ ਸ਼ਿਕਾਇਤਕਰਤਾ ਵੀ ਕੌਣ? ਪਿੰਡਾਂ ਦੇ ਪੰਚ ਸਰਪੰਚ। ਇੱਥੇ ਮੈਂ ਘੱਟੋ ਘੱਟ 15-20 ਸ਼ਿਕਾਇਤਕਰਤਿਆਂ ਦੀ ਤੁਹਾਨੂੰ ਐਪਲੀਕੇਸ਼ਨ ਲਾਈ ਹੈ, ਜਿਹੜੇ ਇਹ ਕਹਿੰਦੇ, ਇਹਨਾਂ ਦੀ ਲਿਸਟ ਹੈ ਜੀ, ਆਹ ਜੋਤੀ, ਰੀਨੂ, ਰੀਨਾ ਰਾਣੀ, ਹਰਜਸ, ਕਰਮਜੀਤ ਸਿੰਘ, ਕਈ ਮੌਜੂਦਾ ਸਾਬਕਾ ਸਰਪੰਚ ਸਾਹਿਬਾਨ ਜਿਨ੍ਹਾਂ ਨੇ ਕਿਹਾ ਇਹ ਗੱਲ ਕਿ ਦੇਖੋ ਤੁਸੀਂ ਵੀ ਇਸ ਗੱਲ ਨੂੰ ਸਿਆਣੇ ਹੋਣੇ। ਔਰ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਉਸ ਵੇਲੇ, ਮਗਰ ਉਸ ਵੇਲੇ
ਇਲੈਕਸ਼ਨ ਕਿਉਂਕਿ ਡੀਸੀ ਇਹਨਾਂ ਦਾ ਲਾਇਆ ਸੀ, ਉਹਨੇ ਖੁਰਤ-ਬੁਰਤ ਕਰਤੀ, ਉਹ ਕੋਈ ਉਹਦੇ 'ਤੇ ਵੀ ਕਾਰਵਾਈ ਬਣਦੀ ਹੈ ਕਿ ਪੋਲ ਕੋਡ ਵਾਇਲੇਸ਼ਨ ਹੋ ਰਹੀ ਸੀ। ਅੱਜ ਵੀ ਪੋਲ ਕੋਡ ਲੱਗਿਆ, ਅੱਜ ਵੀ ਇਹੋ ਜਿਹੀ ਵਾਇਲੇਸ਼ਨ ਮੌਜੂਦਾ ਸਰਕਾਰ ਕਰ ਰਹੀ ਹੈ। ਦੂਜੀ ਗੱਲ ਕਮਾਲ ਦੀ ਕਿ ਜਿਹਨੇ ਡੀਸੀ ਸਾਹਿਬ ਨੇ ਇਹਨਾਂ ਦੇ ਖਿਲਾਫ਼ ਐਕਸ਼ਨ ਦੀ ਮੰਗ ਕੀਤੀ, ਉਸ ਡੀਸੀ ਸਾਹਿਬ ਨੂੰ ਸੰਦੀਪ ਹੰਸ ਨੂੰ 3 ਇੰਪੋਰਟੈਂਟ ਪੋਰਟਫੋਲੀਓ ਮੌਜੂਦਾ ਸਰਕਾਰ ਨੇ ਦਿੱਤੇ ਹੋਏ ਆ। ਮਤਲਬ ਇਹਦੇ 'ਚ ਆਪੋਜੀਸ਼ਨ ਪਾਰਟੀ ਦਾ ਕੋਈ ਲੈਣਾ ਦੇਣਾ ਨਹੀਂ। ਸ਼ਿਕਾਇਤ ਕਰਤਾ ਵੀ ਆਪ, ਜਿਹੜੇ ਅਫਸਰਾਂ ਨੇ ਇਨਕੁਆਇਰੀ ਕੀਤੀ ਉਹ ਵੀ ਇਹਨਾਂ ਦੀ ਸਰਕਾਰ ਸਮਝਦੀ ਹੈ ਚੰਗੇ ਅਫਸਰ ਆ, ਉਹਨਾਂ ਨੂੰ ਚੰਗੇ ਮਹਿਕਮੇ ਦਿੱਤੇ ਹੋਏ, 3 ਚਾਰਜਿਸ ਇੰਪੋਰਟੈਂਟ ਚਾਰਜ ਮਿਲੇ ਹੋਏ ਆ। ਐਡਾ ਲੰਮਾ ਚੌੜਾ ਭਾਸ਼ਣ ਸਰਕਾਰ ਦੇ ਉੱਟ ਦੇ ਰਿਹਾ ਸੀ, ਉਹਨੂੰ ਕੀ ਇਹ ਜਿਹਾ ਵਿਖਾਇਆ? ਆ ਵਿਖਾਈ ਫਾਈਲ ਕਿ ਪੁੱਤ ਬੰਦੇ ਦਾ ਪੁੱਤ ਬਣ ਜਾ, ਨਹੀਂ ਤਾਂ ਤੇਰਾ ਕੰਮ ਹੋਇਆ ਖੜਾ। ਵੇਖੋ, ਜੇਲ੍ਹ ਤੋਂ ਡਰਦਿਆਂ ਫੋਰਜਰੀ ਕੀਤੀ ਸੀ, ਔਰ ਕੱਟਣ ਇਮਾਨਦਾਰ ਵਾਲੇ ਵੀ ਜਵਾਬ ਦੇਣ ਨਾ ਕਿ ਜਿਹਦੇ 'ਚ ਇਨਕੁਆਇਰੀ ਰਿਪੋਰਟ ਤੁਹਾਡੀਆਂ, ਸ਼ਿਕਾਇਤ ਕਰਤਾ ਤੁਹਾਡਾ ਹਰਮਿੰਦਰ ਸੰਧੂ ਹਲਕਾ ਇੰਚਾਰਜ ਆਪ, ਉਹ ਸ਼ਿਕਾਇਤ ਕਰਤਾ, ਲੋਕ ਸ਼ਿਕਾਇਤ ਕਰਤਾ, ਗਰੀਬ ਲੋਕ ਸ਼ਿਕਾਇਤ ਕਰਤਾ, ਮਤਲਬ ਬੈਨੀਫਿਸ਼ਰੀ ਸ਼ਿਕਾਇਤ ਕਰਤਾ। ਡੀ ਸੀ ਜੀ ਨੂੰ ਤੁਸੀਂ ਅੱਜ 3 ਚਾਰਜ ਦੇ ਤੇ, ਉਹਦੀ ਇਨਕੁਆਇਰੀ ਰਿਪੋਰਟ ਫਿਰ ਮੈਂ ਅਗਲੀ ਪੜ੍ਹਦੇ ਹਾਂ।